ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਸ਼ੁਰੂ ਕੀਤੇ ਗਏ ਮੋਰਚੇ ਨੂੰ ਲੈ ਕੇ ਆਲ ਪਾਰਟੀ ਕਮੇਟੀ ਦੀ ਸੰਯੁਕਤ ਐਕਸ਼ਨ ਕਮੇਟੀ ਦੀ ਮੀਟਿੰਗ ਜਲਦੀ ਹੀ ਹੋਵੇਗੀ, ਜਿਸ ਵਿੱਚ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸੰਘਰਸ਼ ਕੀਤਾ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਲੋਕ ਇਨਸਾਫ਼ ਪਾਰਟੀ ਨੇਤਾ ਅਤੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਨੇ ਕੀਤਾ। ਸੰਗਰੂਰ ਜੇਲ੍ਹ ਦੇ ਵਿੱਚ ਉਹ ਸਤਿਕਾਰਯੋਗ ਗੁਰੂ ਗ੍ਰੰਥ ਸਾਹਿਬ ਨੂੰ ਸਤਿਕਾਰ ਦੇਣ ਵਾਲੇ ਪੰਜਾਬੀ ਲੋਕ ਜਿਹੜੇ ਗੁਰੂ ਗ੍ਰੰਥ ਸਾਹਿਬ ਨਿਰਾਦਰ ਕਾਂਡ ਨੂੰ ਲੈ ਕੇ ਸੜਕਾਂ ਦੇ ਉੱਤੇ ਖੜ ਕੇ ਦੋਸ਼ੀਆਂ ਦੀ ਗ੍ਰਿਫਤਾਰੀ ਵਾਸਤੇ ਅੰਦੋਲਨ ਕਰਦੇ ਆ। ਜਬੇ ਬਾਣ ਲੱਗਿਓ ਤਬੇ ਰੋਸ ਜਾਗਿਓ। ਸੁਖਬੀਰ ਬਾਦਲ ਦੀ ਗੱਡੀ ਦੇ ਉੱਤੇ ਕਿਸੇ ਨੇ ਜੁੱਤੀ ਸੁੱਟਤੀ, ਕਿਸੇ ਨੇ ਕੋਈ ਝੰਡੀ ਕਾਲੀ ਝੰਡੀ ਵਾਲਾ ਡੰਡਾ ਅੱਗੇ ਕਰ ਲਿਆ ਅਤੇ ਉਹਨਾਂ 6 ਨੌਜਵਾਨਾਂ ਨੂੰ ਜੇਲ੍ਹ ਦੇ ਵਿੱਚ ਡੱਕਤਾ। ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਨੇ ਧਾਰਾ ਕਿਹੜੀ ਲਾਈ? ਇਰਾਦਾ ਕਤਲ। ਦੋਸਤੋ, ਕੀ ਇੱਕ ਜੁੱਤੀ ਸੁੱਟਣ ਨਾਲ ਕਿਸੇ ਦਾ ਕਤਲ ਹੋ ਸਕਦਾ? ਜਾਂ ਜਿਹੜੀ ਝੰਡੀ ਡੰਡੇ ਦੇ ਵਿੱਚ ਪਾਈ ਹੋਈ ਹੈ, ਛੋਟੇ ਜਿਹੇ ਡੰਡੀ ਦੇ ਵਿੱਚ, ਉਹ ਅੱਗੇ ਕਰਨਾ, ਗੱਡੀ ਨਾਲ ਟੱਚ ਹੋਣ ਨਾਲ ਕੀ ਕਿਸੇ ਦਾ ਕਤਲ ਹੋ ਸਕਦਾ? ਅਸੀਂ ਅੱਜ ਇਹਨਾਂ ਸਤਿਕਾਰਯੋਗ ਦੋਸਤਾਂ ਨੂੰ ਮਿਲਣ ਵਾਸਤੇ ਆਏ ਹਾਂ ਕਿ ਅਸੀਂ ਤੁਹਾਡੇ ਨਾਲ ਖੜ੍ਹੇ ਹਾਂ। ਗੁਰੂ ਗ੍ਰੰਥ ਸਾਹਿਬ ਬੇਅਦਬੀ ਕਰਨ ਵਾਲੇ ਲੋਕਾਂ ਨੂੰ ਕੋਟਕਪੁਰਾ ਅਤੇ ਬਹਿਬਲ ਦੇ ਵਿੱਚ ਨਿਹੱਥੀ ਸੰਗਤ ਦੇ ਉੱਤੇ ਗੋਲੀਆਂ ਚਲਾ ਕੇ 2 ਸਿੰਘ ਸ਼ਹੀਦ ਕਰਨ ਵਾਲੇ ਅਤੇ ਸੈਂਕੜੇ ਸੰਗਤ ਨੂੰ ਜ਼ਖਮੀ ਕਰਨ ਵਾਲੇ ਲੋਕਾਂ ਨੂੰ ਸਜ਼ਾਵਾਂ ਦਵਾਉਣ ਵਾਸਤੇ, ਇਕੱਲਾ ਪੰਜਾਬ 'ਤੇ ਨਹੀਂ, ਪੂਰੀ ਦੁਨੀਆ 'ਤੇ ਵਸਦੇ ਪੰਜਾਬੀ, ਇਕੱਲੇ ਸਿੱਖ ਨਹੀਂ, ਪੂਰੇ ਪੰਜਾਬੀ ਜਗਤ ਦੇ ਵਿੱਚ ਬਹੁਤ ਵੱਡਾ ਰੋਸ ਹੈ। ਹੁਣ ਇਸ ਤੋਂ ਬਾਅਦ ਦੇ ਵਿੱਚ ਨਿੱਕੇ ਘੁੰਮਣਾ ਦੀ ਅੱਜ ਅਖਬਾਰਾਂ ਦੇ ਵਿੱਚ ਆਪਾਂ ਸਾਰਿਆਂ ਨੇ ਖਬਰ ਪੜ੍ਹੀ ਆ, ਵੀਡੀਓ ਵਾਇਰਲ ਹੋਏ ਆ, ਸੰਗਤ ਪਵਿੱਤਰ ਸਥਾਨ ਤੋਂ, ਪਵਿੱਤਰ ਸਮਾਗਮ ਦੇ ਵਿੱਚ ਬਾਦਲ ਜਿਹੜਾ ਗੁਰੂ ਗ੍ਰੰਥ ਸਾਹਿਬ ਬੇਅਦਬੀ ਕਰਾਉਣ ਵਾਲੇ ਕਾਂਡ ਦਾ ਸਭ ਤੋਂ ਵੱਡਾ ਜ਼ਿੰਮੇਵਾਰ ਸੱਜਣ, ਉਹਦੇ ਮੁਰਦਾਬਾਦ ਕਰਦੇ ਹੋਏ ਉੱਠ ਕੇ ਪੰਡਾਲ ਦੇ ਵਿੱਚੋਂ ਬਾਹਰ ਚਲੇ ਗਏ। ਅੱਜ ਇੱਕ ਗੱਲ ਸਮਝ 'ਚ ਨਹੀਂ ਆਉਂਦੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਪੋਲਿਸੀ ਕੀ ਹੈ। ਜਦੋਂ ਅਸੀਂ ਕਹਿੰਦੇ ਹਾਂ ਵੀ ਰਲੇ ਹੋਏ ਆ, ਅਤੇ ਇਹ ਕਹਿੰਦੇ ਨਾ ਨਾ ਅਕਾਲੀ ਦੇ ਕਾਂਗਰਸੀ ਕਿਵੇਂ ਰਲ ਸਕਦੇ ਆ? ਜੁੱਤੀ ਵੱਜੀ ਸੁਖਬੀਰ ਬਾਦਲ ਦੀ ਗੱਡੀ 'ਤੇ, ਡੰਡੀ ਜਿਹੜੀ ਝੰਡੀ ਪਾਈ ਹੋਈ ਜਿਹਦੇ ਵਿੱਚ ਉਹ ਲੱਗਦੀ ਹੈ ਸੁਖਬੀਰ ਬਾਦਲ ਦੀ ਗੱਡੀ 'ਤੇ, ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਇੰਨਾ ਦਰਦ ਕਿਉਂ? ਕੈਪਟਨ ਅਮਰਿੰਦਰ ਸਿੰਘ ਦੀ ਪੁਲਿਸ 307 ਦਾ ਮੁਕੱਦਮਾ ਕਿਉਂ ਦਰਜ ਕਰਦੀ ਹੈ? ਇਹ ਰਲੇ ਨਹੀਂ ਹੋਏ, ਕਹਿੰਦੇ ਅਸੀਂ ਨਹੀਂ ਰਲੇ ਹੋਏ, ਪਰ ਇਹਨਾਂ ਦੀਆਂ ਗੱਲਾਂ, ਇਹਨਾਂ ਦੇ ਪ੍ਰੂਫ ਸਬੂਤ ਆਪਸ ਦੇ ਵਿੱਚ ਰਲੇਵੇਂ ਵਾਲੇ ਕੈਪਟਨ ਅਮਰਿੰਦਰ ਸਿੰਘ ਉਹੀ ਜਿਹੜੇ ਖੁਦ ਆ ਕੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਉਂਦੇ ਆ ਵੀ ਲਓ ਲੋਕਾਂ ਨੂੰ ਭੰਬਲ ਭੁੱਸੇ ਦੇ ਵਿੱਚ ਪਾ ਦਈਏ ਟਾਈਮ ਬਾਏ ਕਰਨ ਵਾਸਤੇ, ਟਾਈਮ ਪਾਸ ਕਰਨ ਵਾਸਤੇ। ਟਾਈਮ ਖਰੀਦਿਆ ਗਿਆ, ਟਾਈਮ ਨੂੰ ਖਰੀਦਦੇ ਹੋਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਉਂਦੇ ਆ, ਉਹਦੀ ਰਿਪੋਰਟ ਆ ਜਾਂਦੀ ਆ, ਜਨਤਕ ਨਹੀਂ ਕਰਦੇ, ਕਹਿੰਦੇ ਜਨਤਕ ਨਹੀਂ ਕਰਨੀ, ਵਿਧਾਨ ਸਭਾ ਦੇ ਵਿੱਚ ਰੱਖਾਂਗੇ ਟੇਬਲ ਦੇ ਉੱਤੇ। ਆਇਆ ਕਿ ਅਸੀਂ ਜਿਹੜੇ MLA MP ਹਾਂ, ਅਸੀਂ ਲੋਕਾਂ ਦੇ ਚੁਣ ਕੇ ਭੇਜੇ ਹੋਏ ਹਾਂ, ਲੋਕਤੰਤਰ, ਲੋਕ ਸਾਡੇ ਮਾਲਕ ਆ, ਲੋਕਾਂ ਨੂੰ ਨਹੀਂ ਦੇਣੀ, ਵਿਧਾਨ ਸਭਾ 'ਚ ਰੱਖਾਂਗੇ। 8 ਘੰਟੇ 37 ਮਿੰਟ ਦੀ ਬੇਸਲੈਸ ਡਿਬੇਟ ਹੁੰਦੀ ਆ, ਪ੍ਰੀ ਪਲੈਨ ਨਟੰਕੀ ਅਤੇ ਡਰਾਮਾ ਹੁੰਦਾ, ਅਤੇ ਅੰਤ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਲੀਡਰ ਆਫ ਦਾ ਹਾਊਸ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਹੱਸ ਹੱਸ ਕੇ ਮਜ਼ਾਕੀਆ ਲਹਿਜੇ ਦੇ ਵਿੱਚ ਜਵਾਬ ਦੇ ਰਿਹਾ, ਕਹਿੰਦੇ ਬਿਕਰਮ ਮਜੀਠੀਆ ਦੇ ਦਾਦਕੇ ਵੀ ਬੜੇ ਚੰਗੇ ਸੀ, ਨਾਨਕੇ ਵੀ ਬੜੇ ਚੰਗੇ ਸੀ। ਡਿਬੇਟ ਹੋ ਰਹੀ ਆ ਗੁਰੂ ਗ੍ਰੰਥ ਸਾਹਿਬ ਬੇਅਦਬੀ ਕਾਂਡ ਉੱਤੇ ਕਿਸੇ ਦੇ ਨਾਨਕਿਆਂ ਦਾਦਕਿਆਂ ਦੀਆਂ ਤਰੀਫਾਂ ਕਰਨ ਵਾਸਤੇ ਨਹੀਂ। ਅੱਜ ਕੈਪਟਨ ਅਤੇ ਬਾਦਲ ਆਪਸ ਦੇ ਵਿੱਚ ਇਸ ਤਰੀਕੇ ਰਲੇ ਹੋਏ ਆ, ਕੈਪਟਨ ਅਮਰਿੰਦਰ ਸਿੰਘ ਦੀ ਇੱਕੋ ਇੱਕ ਖਾਹਿਸ਼ ਹੈਗੀ ਆ ਕਿ ਮੇਰੀ ਸਰਕਾਰ ਤੋਂ ਬਾਅਦ, ਪਤਾ ਉਹਨਾਂ ਨੂੰ ਕਿ ਮੇਰੀ ਸਰਕਾਰ ਦਾ ਬੋਰੀਆ ਬਿਸਤਰਾ 18 ਮਹੀਨਿਆਂ ਜੋ ਪੰਜਾਬ ਦੇ ਅੰਦਰ ਬਾਦਲਾਂ ਦਾ 10 ਸਾਲ ਦਾ ਕਾਰਜਕਾਲ ਸੀ, ਉਹ ਰਿਪੀਟ ਕੀਤਾ। ਪਤਾ ਕੈਪਟਨ ਨੂੰ ਕਿ ਮੇਰੀ ਸਰਕਾਰ ਜਾਂਦੀ ਲੱਗਣੀ ਆ। ਕੈਪਟਨ ਅਮਰਿੰਦਰ ਦਾ ਇੱਕੋ ਇੱਕ ਮਨਸ਼ਾ ਕਿ ਮੇਰੇ ਤੋਂ ਬਾਅਦ ਕਿਸੇ ਤਰੀਕੇ ਮੈਂ ਬਾਦਲਾਂ ਦੀ ਸਰਕਾਰ ਪੰਜਾਬ 'ਚ ਬਣਾ ਜਾ, ਮੈਂ ਇਹਨਾਂ ਦੇ ਕਾਲੇ ਕਾਰਨਾਮੇ ਢੱਕੇ ਆ।
ਤੇ ਇਹ ਮੁੜ ਕੇ ਮੇਰੇ ਕਾਲੇ ਕਾਰਨਾਮੇ ਢੱਕਦੇ ਰਹਿਣ। ਪੰਜਾਬ ਦੇ ਅੰਦਰ ਕੋਈ ਤੀਜਾ ਨਾ ਜੇ ਪਰ ਉਹ ਅੱਤ ਤੇ ਖੁਦਾ ਦਾ ਵੈਰ ਆ। ਅੱਤ ਦੇ ਉੱਤੇ ਅੱਧ ਕਦੋਂ ਘੁੰਮ ਕੇ ਟਿੱਪੀ ਬਣ ਜਾਂਦਾ, ਅੱਤ ਅੰਤ ਦੇ ਵਿੱਚ ਤਬਦੀਲ ਹੁੰਦੀ ਹੈ। ਕੁਦਰਤ ਦੀ ਸੱਚਾਈ ਹੈਗੀ ਹੈ, ਕੁਦਰਤ ਦਾ ਇਹ ਨਿਯਮ ਹੈਗਾ। ਸੋ ਅੱਜ ਅੱਤ ਜਿਹੜੀ ਅੰਤ ਦੇ ਵਿੱਚ ਤਬਦੀਲ ਹੋਣੀ ਆ ਪੰਜਾਬ ਦੇ ਅੰਦਰ। ਅੱਜ ਅਕਾਲੀ ਦਲ ਨੂੰ ਮੁਕਤ ਕਰਾਉਣ ਵਾਸਤੇ ਬਹੁਤ ਸਾਰੇ ਜਿਹੜੇ ਜਿਉਂਦੀ ਜਾਗਦੀ ਜ਼ਮੀਰ ਵਾਲੇ ਲੋਕ ਆ ਜਿਹੜੇ ਅੱਜ ਦਰਬਾਰ ਸਾਹਿਬ ਜਾ ਕੇ ਪਛਤਾਤਾਪ ਕਰ ਰਹੇ ਆ, ਪਛਤਾ ਰਹੇ ਆ ਕਿ ਅਸੀਂ ਇਸ ਪਾਰਟੀ ਦੇ ਅੰਦਰ ਰਹਿ ਕੇ ਆਪਣੇ ਸੀਨੀਅਰ ਲੀਡਰਾਂ ਦੇ ਗਾਹੇ ਵਗਾਹੇ ਐਸੇ ਐਸੇ ਹੁਕਮ ਮੰਗਦੇ ਰਹੇ ਮੰਨਦੇ ਰਹੇ ਹਾਂ, ਜਿਹਦੇ ਕਰਕੇ ਪੰਜਾਬ ਅੱਜ ਰਸਾਤਲ ਵਾਲੇ ਪਾਸੇ ਅੱਜ ਬੇੜਾ ਗਰਕ ਹੋਣ ਵਾਲੇ ਪਾਸੇ। ਸਰ ਕਬੱਡੀ ਦੇ ਰਾਈਟਸ ਦੀ ਗੱਲ ਕਰਾਂਗੇ ਤਾਂ ਉਹ ਜਿਹੜੇ ਦਿੱਤੇ ਗਏ ਨੇ ਕਿਸ ਤਰ੍ਹਾਂ ਦੇਖਦੇ ਜੀ? ਮੈਂ ਪਹਿਲਾਂ ਕਹਿ ਕੇ ਹਟਾਂ ਕਿ ਇਹ ਨੱਥਾ ਸਿੰਘ ਐਂਡ ਪ੍ਰੇਮ ਸਿੰਘ ਵਨ ਐਂਡ ਦਾ ਸੇਮ ਸਿੰਘ, ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਇੱਕੋ ਸਿੱਕੇ ਦੇ ਦੋ ਪਹਿਲੂ ਆ। ਇੱਕ ਨੱਥਾ ਅਤੇ ਪ੍ਰੇਮ ਸਿੰਘ ਪ੍ਰਕਾਸ਼ ਸਿੰਘ ਬਾਦਲ ਇੱਕੋ ਹੀ ਚੀਜ਼ ਆ, ਪੀ ਟੀ ਸੀ ਨੂੰ ਰਾਈਟਸ ਦੇਣਾ। ਕਾਂਗਰਸ ਦੇ ਬਹੁਤ ਸਾਰੇ ਐੱਮ ਐੱਲ ਏ ਸੀਨੀਅਰ ਮੰਤਰੀ ਉੱਥੋਂ ਵਾਕਆਊਟ ਕਰਕੇ ਬਾਹਰ ਆ ਗਏ। ਉਹਨਾਂ ਨੇ ਦੇਖਿਆ ਵੀ ਇਹ ਤਾਂ ਕਾਂਗਰਸ ਦੇ ਕਈ ਐੱਮ ਐੱਲ ਏ ਕਈ ਮੰਤਰੀ ਚਾਹੁੰਦੇ ਆ ਕਿ ਕਾਂਗਰਸ ਹਟ ਕੇ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀ ਵੀ ਅਸੀਂ ਪੰਜਾਬ ਦੇ ਅੰਦਰ ਮਾਫੀਆ ਚਲਾਉਣ ਵਾਲੇ ਅਕਾਲੀ ਦਲ ਦੇ ਲੀਡਰਾਂ ਨੂੰ ਫੜ ਕੇ ਸਬਕ ਸਿਖਾਵਾਂਗੇ, ਉਹ ਚਾਹੁੰਦੇ ਆ। ਪਰ ਕੈਪਟਨ ਅਮਰਿੰਦਰ ਸਿੰਘ ਦੀ ਆਪਸ ਦੇ ਵਿੱਚ ਬਾਦਲਾਂ ਦੇ ਨਾਲ ਸੰਧੀ ਹੋਈ ਸੀ। ਸਰ ਮਾਈਨਿੰਗ ਐਕਟ ਅੱਜ ਪਾਸ ਕਰ ਦਿੱਤਾ ਗਿਆ, ਕੈਪਟਨ ਦਾ ਬਿਆਨ ਆਇਆ ਵੀ ਸੁਰੱਖਿਆ ਮਹੀਆ ਕਰਾਵਾਂਗੇ ਅਸੀਂ ਇਹਨਾਂ ਨੂੰ ਬਾਦਲ ਪਰਿਵਾਰ ਨੂੰ। ਅੱਗੇ ਉਹਦੇ ਕੋਲ ਕਿਹੜਾ ਸੁਰੱਖਿਆ ਘੱਟ ਹੈਗੀ ਆ? ਉਹਨਾਂ ਕੋਲ ਜੈੱਡ ਪਲੱਸ ਤਾਂ ਆਲਰੇਡੀ ਸੁਰੱਖਿਆ, ਇਦੂ ਉੱਤੇ ਦੀ ਸੁਰੱਖਿਆ ਕਿਹੜੀ ਦੇਣੀ ਆ? ਕੱਲ੍ਹ ਸੁਖਬੀਰ ਬਾਦਲ ਅਕਾਲੀ ਦਲ ਬਾਦਲ ਦੇ ਲੀਡਰ ਗਵਰਨਰ ਨੂੰ ਮਿਲਣ ਗਏ ਆ ਸਰਦਾਰ ਸੁਖਬੀਰ ਸਿੰਘ ਬਾਦਲ। ਮੈਂ ਵੀ ਟੈਲੀਵਿਜ਼ਨ ਦੇ ਉੱਤੇ ਤੁਹਾਡੇ ਦੁਆਰਾ ਜਿਹੜਾ ਸ਼ੂਟ ਕੀਤਾ ਪ੍ਰੋਗਰਾਮ ਦੇਖਿਆ, ਸੁਖਬੀਰ ਬਾਦਲ ਦੰਦੀਆਂ ਕੱਢ ਰਹੇ ਆ ਬਾਪ ਦੇ ਉੱਤੇ, ਕਾਤਲਾਨਾ ਹਮਲੇ ਦੀਆਂ ਸਾਜ਼ਿਸ਼ਾਂ ਰਚ ਹੋਈਆਂ ਤੇ ਪੁੱਤ ਹੱਸ ਹੱਸ ਕੇ ਜਾਏਗਾ। ਸਰ ਜਿਹੜੇ ਕੱਲ੍ਹ ਇਹ ਸਾਰੀ ਡਰਾਮੇਬਾਜ਼ੀ ਹੈਗੀ ਆ, ਕੋਈ ਇਹਨਾਂ ਨੂੰ ਖਤਰਾ ਨਹੀਂ ਗਾ, ਇਹਨਾਂ ਨੂੰ ਖਤਰਾ ਲੋਕਾਂ ਤੋਂ, ਪੰਜਾਬੀ ਆਵਾਮ ਤੋਂ ਖਤਰਾ, ਹੋਰ ਕਿਸੇ ਕੋਲੋਂ ਖਤਰਾ। ਸਰ ਸਟਾਂਪ ਡਿਊਟੀ ਵਧਾ ਦਿੱਤੀ ਜੀ ਜਿਹੜੀ ਅੱਜ ਕੈਬਨਿਟ ਦੀ ਵਿਸਤਾਰ ਹੋਇਆ ਸੀਗਾ ਜੀ। ਕੈਪਟਨ ਅਮਰਿੰਦਰ ਸਿੰਘ ਮੇਰਾ ਖਿਆਲ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬੀ ਲੋਕਾਂ ਦੇ ਸਾਹ ਲੈਣ ਉੱਤੇ ਵੀ ਟੈਕਸ ਲਾਉਣਗੇ। ਜਿਸ ਤਰੀਕੇ ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਲੋਕਾਂ ਦੇ ਉੱਤੇ ਟੈਕਸਾਂ ਦੇ ਬੋਝ ਪਾ ਰਹੀ ਹੈ, ਆਪਣੇ ਆਪ ਦੇ ਵਿੱਚ ਇੱਕ ਕਾਲੀ ਹਿਸਟਰੀ ਲਿਖੀ ਜਾ ਰਹੀ ਹੈ। ਉਹ ਅਧਿਆਪਕ ਜਿਹੜੇ 42,500 ਦੁਨੀਆਂ ਦੇ ਅੰਦਰ ਕੋਈ ਮੁਲਕ ਐਸਾ ਨਹੀਂ ਜਿਹੜਾ ਕਿਸੇ ਦੀ ਫਿਕਸ ਕੀਤੀ ਤਨਖਾਹ ਦੇ ਵਿੱਚ ਇੱਕ ਮੋਰੀ ਵਾਲਾ ਪੈਸਾ ਵੀ ਘਟਾ ਸਕਦਾ ਹੋਵੇ। 42,500 ਵਾਲੇ ਚੱਕ ਤੇ 15,000 ਦੇ ਵਿੱਚ ਅੱਜ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਗਰੀਬ ਦੇ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਟੀਚਰ ਨਹੀਂ, ਕਿਉਂਕਿ 20,000 ਟੀਚਰ ਪਟਿਆਲੇ ਦੇ ਵਿੱਚ ਟੈਟ ਪਾਸ ਟੈਟ ਐਗਜ਼ਾਮ ਕਲੀਅਰ ਕੀਤੇ ਹੋਏ, ਪਾਟੀਆਂ ਦਰੀਆਂ 'ਤੇ ਸਾਡੀਆਂ ਧੀਆਂ ਅਤੇ ਸਾਡੇ ਨੌਜਵਾਨ ਵੀਰ ਬੈਠੇ ਆ। ਅੱਜ ਇਹ ਸਰਕਾਰ ਸੋਚਦੀ ਕੀ ਆ? ਕੈਪਟਨ ਅਮਰਿੰਦਰ ਸਿੰਘ ਨੂੰ ਆਇਆ ਕਿ ਇਸ ਗੱਲ ਦਾ ਪਤਾ ਨਹੀਂ ਸੀ? ਵੋਟਾਂ ਤੋਂ ਪਹਿਲਾਂ ਬੜੀਆਂ ਵੱਡੇ ਵੱਡੀਆਂ ਸਕੀਮਾਂ ਲੜਾਈਆਂ ਕਿ ਅਸੀਂ ਕਰਜ਼ਾ ਮਾਫ਼ ਕਰ ਦਿਆਂਗੇ, ਕਿਸਾਨਾਂ ਦਾ ਸਾਰੇ ਕਰਜ਼ੇ, ਨੌਕਰੀਆਂ ਦੇ ਦਿਆਂਗੇ, 2500 ਪੈਨਸ਼ਨ ਕਰ ਦਿਆਂਗੇ, ਆਈਫੋਨ ਦੇ ਦਿਆਂਗੇ। ਕਿੰਨੇ ਵਾਅਦੇ ਕੈਪਟਨ ਸਾਹਿਬ ਨੇ ਕੀਤੇ, ਕਿਸੇ ਵਾਅਦੇ ਦੇ ਖਰੇ ਉੱਤਰੇ? ਉਲਟਾ ਟੈਕਸਾਂ ਦਾ ਬੋਝ ਪੰਜਾਬੀਆਂ ਦੇ ਉੱਤੇ ਪਾ ਰਹੇ ਆ। 2019 ਦੇ ਵਿੱਚ ਰਿਪੋਰਟ ਕਾਰਡ ਪੰਜਾਬੀ